ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਵਰਕਰਾਂ ਵੱਲੋਂ ਅਕਾਲੀਆਂ ਖਿਲਾਫ ਕਿਸੇ ਵੀ ਤਰ੍ਹਾਂ ਦੀ ਬਦਲਾਖੋਰੀ ਵਾਲੀ ਸਿਆਸਤ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੋਵਾਂ ਪਾਰਟੀਆਂ ਦੇ ਵਰਕਰਾਂ ਦਰਮਿਆਨ ਹਾਲ ਹੀ ਵਿੱਚ ਹੋਈਆਂ ਝੜਪਾਂ ਨੂੰ ਗੈਰ ਸਿਆਸੀ ਦੱਸਦਿਆਂ ਇਹਨਾਂ ਘਟਨਾਵਾਂ ਪਿੱਛੇ ਸਿਆਸੀ ਬਦਲਾਖੋਰੀ ਨੂੰ ਰੱਦ ਕਰ ਦਿੱਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਹੋਰ ਕਈ ਕੈਬਨਿਟ ਮੰਤਰੀ ਅਤੇ ਅਹਿਮ ਸ਼ਖਸੀਅਤਾਂ ਹਾਜ਼ਰ ਰਹੀਆਂ। ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਇਹ ਪਾਰਟੀ ਦੇ ਇੱਕ ਸਧਾਰਨ ਵਰਕਰ ਦੀ ਸਖ਼ਤ ਮਿਹਨਤ ਦਾ ਸਤਿਕਾਰ ਹੈ। ਬਹੁਤ ਵੱਡਾ ਇੱਕ ਜ਼ਿੰਮੇਵਾਰੀ, ਐਟ ਦ ਸੇਮ ਟਾਈਮ ਅ ਵੈਰੀ ਬਿਗ ਆਨਰ ਫੋਰ ਮੀ, ਜੋ ਜ਼ਿੰਮੇਵਾਰੀ ਮਿਸਿਸ ਸੋਨੀਆ ਗਾਂਧੀ ਔਰ ਆਨਰੇਬਲ ਵਾਈਸ ਪ੍ਰੈਜੀਡੈਂਟ ਸ਼੍ਰੀ ਰਾਹੁਲ ਗਾਂਧੀ ਜੀ ਐਂਡ ਕੈਪਟਨ ਅਮਰਿੰਦਰ ਸਿੰਘ ਜੀ ਨੇ ਸੌਂਪੀ ਹੈ। ਵੀ ਵਿਲ ਡੂ ਆਰ ਬੈਸਟ। ਆਪਕੇ 8 ਜਾਂ 9 ਵਾਕਿਓ ਕੀ ਤੋ ਬਾਤ ਨਹੀਂ ਕਰ ਸਕਤਾ, ਦੋ ਜੋ ਵਾਕਿਆ ਜਿਨਕੇ ਬਾਰੇ ਮੈਂ ਮੇਰੇ ਕੋ ਆਈ ਗੋ ਇਨ ਡਿਟੇਲ, ਜੋ ਫਿਰੋਜ਼ਪੁਰ ਕੇ ਪਾਸ ਵਾਕਿਆ ਹੁਆ ਜਿਸਮੇ ਉਸਮੇ ਵੀ ਜਾ ਕੇ ਹਮਾਰੇ ਅਕਾਲੀ ਸਾਥੀਓ ਨੇ ਵਹਾਂ ਪੇ ਧਰਨਾ ਲਗਾਇਆ। ਅਗਰ ਆਪ ਉਸਕੀ ਗਹਿਰਾਈ ਮੇਂ ਜਾ ਕੇ ਵਹਾਂ ਜਾਂਚ ਕਰੇਂ, ਉਹ ਦੋ ਆਪਸ ਮੇਂ ਸਾਡੂ ਥੇ ਜਿਨਕਾ ਆਪਸ ਮੇਂ ਝਗੜਾ ਥਾ ਔਰ ਵੋ ਝਗੜਾ ਆਜ ਸੇ ਨਹੀਂ ਕਈ ਦਿਨੋਂ ਸੇ ਚੱਲ ਰਹਾ ਥਾ। ਜਿਸ ਅਫੈਕਟਿਡ ਪਾਰਟੀ ਨੇ ਉਸ ਬਾਤ ਕੀ ਇਤਲਾਹ ਪਹਿਲੇ ਵੀ ਕਰ ਰੱਖੀ ਥੀ, ਮੈਂ ਵਹੀ ਕਹਿ ਰਹਾ ਹੂੰ ਕਿ ਆਜ ਵੀ ਜੋ ਕਈ ਕਰਮਚਾਰੀ ਹੈ ਕਿਸੀ ਵੀ ਡਿਪਾਰਟਮੈਂਟ ਮੇਂ, ਐਡਮਿਨਿਸਟ੍ਰੇਸ਼ਨ ਮੇਂ, ਪੁਲਿਸ ਮੇਂ, ਆਜ ਵੀ ਉਸੀ ਮੈਂਟੈਲਿਟੀ ਸੇ ਕਾਮ ਕਰ ਰਹੇ ਹੈ। ਪ੍ਰੀਵੈਂਟਿਵ ਐਕਸ਼ਨ ਵੁੱਡ ਹੈਵ ਸਟੌਪਡ ਇਟ। ਇਟ ਇਜ਼ ਨੋਟ ਮੋਟੀਵੇਟਿਡ ਬਾਈ ਐਨੀ ਪੋਲੀਟੀਕਲ ਕੰਸੀਡਰੇਸ਼ਨ, ਦਿਸ ਇਜ਼ ਅ ਫੈਮਿਲੀ ਫਿਊਡ ਐਂਡ ਦ ਗਵਰਨਮੈਂਟ ਹੈਜ਼ ਡਨ ਵਟ ਐਵਰ ਇਟ ਕੁਡ। ਉਸੀ ਤਰ੍ਹਾਂ ਜਬ ਨਸ਼ੇ ਕੋ ਲੈ ਕੇ ਰੇਡ ਡਾਲੀ ਗਈ ਇੱਕ ਆਦਮੀ ਕੀ, ਫੋਰ ਵਟ ਐਵਰ ਰੀਜ਼ਨ, ਆਈ ਥਿੰਕ ਇਟ ਹੈਜ਼ ਨੋਟ ਬੀਨ ਅਸਟੈਬਲਿਸ਼ਡ ਵੀ ਉਸਕੋ ਕੋਈ ਟੋਰਚਰ ਹੁਆ ਜਾਂ ਕਿਸੀ ਕਿਸਮ ਕਾ, ਹੀ ਡਾਈਡ ਬਾਈ ਨੈਚੁਰਲ ਕਾਜ਼ਿਜ਼, ਉਸਕੋ ਲੈ ਕੇ ਵੀ ਇਹਨਾਂ ਨੇ ਬਵੰਡਰ ਬਣਾਇਆ। ਆਈ ਥਿੰਕ ਗਵਰਨਮੈਂਟ ਕੈਨ ਨੋਟ ਬੀ ਹੈਲਡ ਰਿਸਪੋਂਸੀਬਲ।